ਪੰਜਾਬ ਦੇ ਵਿੱਚ ਇਸ ਵੇਲੇ ਚੋਣ ਸਰਗਰਮੀਆਂ ਜਿਹੜੀਆਂ ਨੇ ਸ਼ਿਖਰਾਂ 'ਚ ਚੱਲ ਰਹੀਆਂ ਨੇ, ਅਜਿਹੇ 'ਚ ਪੰਜਾਬ ਦੀ ਬੇੜੀ ਪਾਰ ਦਿਲਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਇੱਕ ਜ਼ਿੰਮੇਵਾਰੀ ਜਿਹੜੀ ਹੈ ਅਹਿਮ ਭਗਵੰਤ ਮਾਨ ਦੇ ਸਿਰ 'ਤੇ ਹੈ, ਉਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਮਾਨ ਸਾਹਿਬ, ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੀ ਜਿਹੜੀ ਆ, ਤੁਸੀਂ ਬੇੜੀ ਪਾਰ ਕਰਨ ਦੇ ਲਈ ਕਿਵੇਂ ਸਮਝਦੇ ਹੋ ਤੁਸੀਂ ਹੁਣ ਤੱਕ ਦੇ? ਨਿਭਾ ਰਹੇ ਹਾਂ ਜੀ, ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈ, ਪਹਿਲਾਂ ਦਿੱਲੀ ਦੇ ਵਿੱਚ ਪ੍ਰਚਾਰ ਦੀ ਡਿਊਟੀ ਲਾਈ ਸੀ, ਉਹ ਵੀ ਨਿਭਾਈ, ਪਾਰਲੀਮੈਂਟ ਦੇ ਵਿੱਚ ਲੋਕਾਂ ਨੇ ਡਿਊਟੀ ਲਾਈ ਉਹ ਵੀ ਨਿਭਾਈ, ਔਰ 17 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਤੌਰ 'ਤੇ ਸਾਰੇ ਪੰਜਾਬ 'ਚ 300 ਤੋਂ ਵੱਧ ਰੈਲੀਆਂ ਕੀਤੀਆਂ। ਹੁਣ ਵੀ ਸੰਗਰੂਰ ਤੋਂ ਡਿਊਟੀ ਲਾਈ ਹੈ ਇਲੈਕਸ਼ਨ ਲੜਨ ਦੀ ਅਤੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਪ੍ਰਚਾਰ ਕਰਨ ਦੀ, ਅਤੇ ਨਿਭਾਵਾਂਗੇ। ਅਰਵਿੰਦ ਕੇਜਰੀਵਾਲ ਜੀ ਵੀ ਮਈ ਦੇ ਸੈਕੰਡ ਵੀਕ ਦੇ ਵਿੱਚ ਆਉਣਗੇ, ਅਤੇ ਡਿਪਟੀ ਸੀ ਐੱਮ ਮਨੀਸ਼ ਸਿਸੋਦੀਆ ਜੀ, ਜਿਨ੍ਹਾਂ ਨੂੰ ਕਿ ਇੱਕ ਕ੍ਰਾਂਤੀਕਾਰੀ ਵਿੱਦਿਆ ਮੰਤਰੀ ਦੇ ਤੌਰ 'ਤੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ, ਸਾਰੇ ਆਉਣਗੇ ਇੱਥੇ। ਫਿਲਹਾਲ ਜਿਹੜੀ ਆ ਸਟਾਰ ਪ੍ਰਚਾਰਕ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਇਹ ਵਿਚਰ ਰਿਹਾ ਕਿ ਮੰਤਰੀ? ਸਾਡੇ MLA ਸਾਰੇ ਪ੍ਰਚਾਰ ਕਰ ਰਹੇ ਨੇ, ਸਾਡੇ ਅਮਨ ਅਰੋੜਾ ਜੀ ਜਿਹੜੇ ਕੰਪੇਨ ਕਮੇਟੀ ਦੇ ਚੇਅਰਮੈਨ ਨੇ, ਉਹ ਸਾਰੇ ਮੀਟਿੰਗਾਂ ਕਰ ਰਹੇ ਨੇ, ਸਾਡੇ ਸਾਰੇ MLA ਜਿਹੜੇ ਨੇ ਉਹ ਜਾ ਰਹੇ ਨੇ, ਔਰ ਪ੍ਰਚਾਰ ਜਿਹੜਾ, ਕਿਉਂਕਿ ਲੋਕ ਪਹਿਲਾਂ ਵਾਢੀ ਦੇ ਵਿੱਚ ਸੀਗੇ, ਹੁਣ ਉਹ ਅੱਜ ਜਾਂ ਕੱਲ੍ਹ ਦੇ ਵਿੱਚ ਉਹ ਸੀਜ਼ਨ ਖਤਮ ਹੋ ਜਾਣਾ, ਹੁਣ ਜਿਹੜਾ ਲੋਕ ਸਾਹਮਣੇ ਨਿਕਲ ਕੇ ਆਉਣਗੇ। ਔਰ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਕਦੇ ਹਰਸਿਮਰਤ ਕੌਰ ਨੂੰ, ਕਦੇ ਕੇਵਲ ਸਿੰਘ ਢਿੱਲੋਂ ਨੂੰ, ਕਦੇ ਰਣੀ ਕੇ ਜੀ ਨੂੰ, ਜਿਹੜਾ ਉਹ ਲੋਕਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ, ਅਤੇ ਉਹਨਾਂ ਸਵਾਲਾਂ ਦੇ ਉਹਨਾਂ ਤੋਂ ਜਵਾਬ ਨਹੀਂ ਦਿੱਤੇ ਜਾ ਰਹੇ, ਅਤੇ ਉਹਨਾਂ ਨੂੰ ਬੇਰੰਗ ਵਾਪਸ ਮੋੜਿਆ ਜਾ ਰਿਹਾ ਪਿੰਡਾਂ 'ਚੋਂ। ਇਹ ਗੁੱਡ ਸਾਈਨ ਨੇ ਕਿ ਲੋਕ ਅਵੇਅਰ ਹੋ ਗਏ, ਲੋਕ ਮੈਨੀਫੈਸਟੋ ਬਾਰੇ ਸਵਾਲ ਪੁੱਛਦੇ ਨੇ ਔਰ ਪੁੱਛਣੇ ਚਾਹੀਦੇ ਨੇ। ਇਹੀ ਆਮ ਆਦਮੀ ਪਾਰਟੀ ਦਾ ਏਜੰਡਾ ਸੀ। ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਨੇ, ਕਿਹਾ ਜਾ ਰਿਹਾ ਕਿ ਹੋਰ ਵੀ ਕੁਝ ਜਿਹੜੇ ਸੰਪਰਕ ਦੇ ਵਿੱਚ ਨੇ, ਕਿਵੇਂ ਮੰਨਦੇ ਹੋ ਤੁਸੀਂ? ਕਿਉਂਕਿ ਲੋਕਾਂ ਨੇ ਮੋੜਤੇ ਕਾਂਗਰਸ ਵਾਪਸ, ਅਕਾਲੀ ਦਲ ਵੀ ਮੋੜਤੇ, ਉਹ ਕਹਿੰਦੇ ਫਿਰ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਡੈਮੇਜ ਕਰ ਦਿਓ। ਸੋ ਇਹ ਕਾਂਗਰਸ ਜਿਹੜੀ ਹੈ ਵੋਟਾਂ ਲੁੱਟਣਾ ਚਾਹੁੰਦੀ ਹੈ ਪੰਜਾਬ ਦੀਆਂ, ਪੈ ਤਾਂ ਨਹੀਂ ਰਹੀਆਂ, ਕਿਉਂਕਿ ਲੋਕ ਪੁੱਛ ਰਹੇ ਨੇ ਕਿੱਥੇ ਨੇ ਘਰ ਘਰ ਨੌਕਰੀਆਂ, ਲੋਕ ਪੁੱਛ ਰਹੇ ਨੇ ਕਰਜ਼ੇ ਮਾਫੀ ਕਿੱਥੇ ਹੋਈ ਹੈ, ਲੋਕ ਪੁੱਛ ਰਹੇ ਨੇ 2500 ਰੁਪਏ ਬੜਾ ਪੈਨਸ਼ਨ, 5 ਮਰਲਿਆਂ ਦੇ ਪਲਾਟ, ਸਮਾਰਟ ਫੋਨ। ਸੋ ਹੁਣ ਕੈਪਟਨ ਸਾਹਿਬ ਬਾਹਰ ਨਹੀਂ ਨਿਕਲ ਕੇ, ਪਹਿਲਾਂ ਕੌਫੀ ਵਿਦ ਕੈਪਟਨ ਸੀ, ਹੁਣ ਚੌਪਾਲ ਇੱਕ ਦਿਨ ਲਾਈ ਸੀ ਮੰਜੇ 'ਤੇ ਬਹਿ ਕੇ, ਉਸੇ ਚੌਪਾਲ 'ਚ ਪਤਾ ਲੱਗ ਗਿਆ ਕਿ ਲੋਕ ਇਸ ਵਾਰ ਚੌਪਾਲ 'ਚ ਉਹਨਾਂ ਦੇ 'ਚ ਬੈਠਣ ਵਾਲੇ ਨਹੀਂ। ਮਾਨ ਸਾਹਿਬ, ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦਾ ਜ਼ਿਕਰ ਹੀ ਨਹੀਂ ਕੀਤਾ ਜਾ ਰਿਹਾ ਚੋਣਾਂ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ 'ਤੇ ਇੱਕ ਦੋ ਮੁੱਦੇ ਹੀ ਆ ਜਿਹੜੇ ਉਹ ਵੀ ਦੇਸ਼ ਦਰੋਹ ਦਾ, ਦੂਜਾ ਤੀਜਾ ਜਿਹੜਾ ਉਹ ਹੀ ਰੱਖਿਆ ਜਾ ਰਹੇ ਨੇ, ਪੰਜਾਬ ਦੇ ਮੁੱਦੇ ਨਹੀਂ ਲੱਭ ਰਹੇ ਜਿਹੜੀਆਂ ਪਾਰਟੀਆਂ ਨੇ? ਤੁਸੀਂ ਮੇਰੀ ਕਦੇ ਸਪੀਚ ਕੋਈ ਵੀ ਉੱਥੇ ਸੁਣ ਲਿਓ ਯੂਟਿਊਬ 'ਤੇ, ਬੇਰੁਜ਼ਗਾਰੀ ਬਾਰੇ ਅਸੀਂ ਬੋਲ ਰਹੇ ਹਾਂ ਕਿ ਚੁੱਲ੍ਹੇ ਜਿਹੜੇ ਨੇ ਉਹ ਠੰਡੇ ਹੋ ਰਹੇ ਨੇ, ਕਿਸਾਨੀ ਆਤਮ ਹੱਤਿਆ ਕਰ ਰਹੀ ਹੈ, ਦਿੱਲੀ ਦੀ ਸਰਕਾਰ ਸਾਡੀ ਨੂੰ ਜਿਹੜਾ ਸਵਾਮੀਨਾਥਨ ਦੇ ਬਰਾਬਰ ਭਾਅ ਦੇ ਰਹੀ ਹੈ, ਗਰੀਬਾਂ ਦੀ ਕਣਕ ਜਿਹੜੀ ਉਸੇ ਭਾਅ 'ਤੇ ਮਿਲ ਰਹੀ ਹੈ, ਅਸੀਂ ਵੇਚ ਲਏ ਹਾਂ 1840 ਰੁਪਏ ਕੁਇੰਟਲ, ਦਿੱਲੀ ਦੇ ਵਿੱਚ ਖਰੀਦ ਰਹੇ ਨੇ 2600 ਰੁਪਏ ਕੁਇੰਟਲ, ਠੀਕ ਹੈ ਜੀ। ਜਿਹੜਾ ਨਰੇਗਾ ਦਾ ਦਿਹਾੜੀ ਨਹੀਂ ਮਿਲ ਰਹੀ, ਅਤੇ ਦਲਿਤਾਂ ਦੇ ਜਿਹੜੇ ਮੁੱਦੇ ਨੇ, ਔਰ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਹਿੰਦੇ ਨੇ 45,000 ਤੋਂ 15,000 ਤੇ ਆ ਜਾਓ, ਟੀਚਰਾਂ ਨੂੰ ਕਹਿੰਦੇ। ਅਰਵਿੰਦ ਕੇਜਰੀਵਾਲ ਜਿਸ ਵੇਲੇ ਬਣੇ ਸੀ ਮੁੱਖ ਮੰਤਰੀ, 17,000 ਤਨਖਾਹ ਸੀ ਦਿੱਲੀ ਦੇ ਵਿੱਚ ਗੈਸਟ ਟੀਚਰਾਂ ਦੀ, ਹੁਣ 34,000 ਹੈ। ਸੋ ਸਰਕਾਰੀ ਸਕੂਲ ਦਿੱਲੀ ਦੇ ਜਿਹੜੇ ਪ੍ਰਾਈਵੇਟ ਨਾਲੋਂ ਵਧੀਆ ਹੋ ਗਏ, ਇੱਥੇ ਅਸੀਂ ਜਿਹੜੇ ਨੇ ਉਹ ਸਕੂਲਾਂ ਨੂੰ ਢਾ ਰਹੇ ਨੇ, ਬੰਦ ਕਰ ਰਹੇ ਨੇ। ਇਹ ਸਾਰੇ ਮੁੱਦੇ ਅਸੀਂ ਡਿਸਕਸ ਕਰ ਰਹੇ ਹਾਂ ਜਿਹੜੇ ਲੋਕਾਂ ਦੇ ਚੁੱਲ੍ਹਿਆਂ ਨਾਲ ਸੰਬੰਧਿਤ ਨੇ, ਬਾਕੀ ਇਹਨਾਂ ਕੋਲ ਕੋਈ ਹੈ ਨਹੀਂ ਮੁੱਦਾ। ਇਹ ਤਾਂ ਕਹਿੰਦੇ ਜੀ ਤੱਕੜੀ ਹੈ ਜੀ, ਉਹ ਤਾਂ ਉਹ ਸੁਖਬੀਰ ਬਾਦਲ ਉਹ ਜਿਹੜਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, ਪਿਛਲੇ 2 ਮਹੀਨਿਆਂ ਤੋਂ 10 ਟਿਕਟਾਂ ਲੈ ਕੇ, 3 ਤਾਂ BJP ਲੜ ਰਹੀ ਹੈ, 10 ਟਿਕਟਾਂ ਆਪਦੀ ਗੱਡੀ 'ਚ ਰੱਖ ਕੇ ਸਬਜ਼ੀ ਵਾਲਿਆਂ ਵਾਂਗੂ ਹੋਕਾ ਦਿੰਦਾ ਫਿਰਦਾ ਸੀ ਕਿ ਸਾਡੀ ਕੋਈ ਟਿਕਟ ਲੈ ਲਓ। ਲੋਕ ਜਥੇਦਾਰ ਜਿਹੜੇ ਸੀ ਉਹ ਕੁੰਡੇ ਬੰਦ ਕਰ ਲੈਂਦੇ ਸੀ, ਕਿਤੇ ਅਖਬਾਰ ਵਾਂਗੂ ਭਗਾ ਕੇ ਨਾ ਮਾਰੇ, ਕਿਉਂਕਿ ਕਰਤੂਤਾਂ ਉਹਨਾਂ ਦੀਆਂ ਛਿੱਤਰ ਇੱਧਰ ਪੈਣਗੇ, ਖਿੱਲਾਂ ਖਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ। 2 ਤਾਂ ਆਪਣੇ ਘਰ ਰੱਖਣੇ ਪੈ ਗਈਆਂ, ਅਤੇ ਸੁਖਬੀਰ ਇੱਧਰ ਆਪਣਾ ਸਾਡੇ ਸੰਗਰੂਰ 'ਚ ਸੁਖਦੇਵ ਸਿੰਘ ਢੀਂਡਸਾ ਦੇ ਨਾਂ ਮਨਾ ਕਰਨ ਦੇ ਬਾਵਜੂਦ ਵੀ ਅਖਬਾਰ ਵਾਂਗੂ ਟਿਕਟ ਸਿੱਟ ਕੇ ਗਏ ਨੇ ਕਿ ਲੜ ਲਓ ਯਾਰ, ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ 10। ਸੋ ਇੱਥੋਂ ਸਿੱਧ ਹੁੰਦਾ ਅਕਾਲੀ ਦਲ ਜਿਹੜਾ ਨਫ਼ਰਤ ਦਾ ਪਾਤਰ ਬਣ ਗਿਆ, ਕਾਂਗਰਸ ਵਾਅਦਾ ਖਿਲਾਫੀਆਂ ਕਰਕੇ ਲੋਕਾਂ ਦੇ ਵਿੱਚ ਜਿਹੜਾ ਨਫ਼ਰਤ ਦਾ ਪਾਤਰ ਹੈ। ਮੈਂ ਕੱਲ੍ਹ ਬਠਿੰਡੇ ਗਿਆ ਸੀ, ਮੈਂ ਫਰੀਦਕੋਟ ਜਾ ਕੇ ਆਇਆ, ਲੋਕ ਕਹਿੰਦੇ ਬਸ ਤੁਸੀਂ ਫਿਕਰ ਨਾ ਕਰੋ, ਸਾਡੀਆਂ ਉਮੀਦਾਂ ਦੀ ਪਾਰਟੀ ਹੁਣ ਆਮ ਆਦਮੀ ਪਾਰਟੀ। ਲੋਕਾਂ ਨੇ ਤਾਂ ਬਹੁਤ ਸਾਰਾ ਪਿਆਰ ਪਹਿਲਾਂ ਦਿੱਤਾ ਸੀ, ਪਰ ਜਿਹੜੇ ਪਾਰਟੀ ਦੇ ਨੁਮਾਇੰਦੇ ਨੇ, ਆਗੂ ਸੀ, ਉਹ ਲਗਾਤਾਰ ਵੱਖ ਹੋਏ ਜਾ ਰਹੇ ਨੇ, ਇਹਦੇ ਵਿੱਚ ਲੋਕ ਜਿਹੜੇ ਕਾਫੀ ਨਿਰਾਸ਼ ਨੇ, ਤੁਸੀਂ ਕੀ ਕਹਿਣਾ? ਭਲਾ ਹੋਇਆ ਲੜ ਨੇੜਿਓਂ ਛੁੱਟਿਆ, ਉਮਰ ਨਾ ਬੀਤੀ ਸਾਰੀ, ਲੱਗਦੀ ਨਾਲੋਂ ਟੁੱਟਦੀ ਚੰਗੀ, ਬੇਕਦਰਾਂ ਦੀ ਯਾਰੀ। ਇਸੇ ਕਰਕੇ ਖਹਿਰਾ ਸਾਹਿਬ ਨੂੰ ਇਮੀਡੀਏਟਲੀ ਲਾਇਆ ਗਿਆ, ਕਿਉਂਕਿ ਪਾਰਟੀ ਡੈਮੇਜ ਕਰਨ ਲੱਗੇ ਸੀ, ਜਿਹੜਾ ਹੁਣ ਇਹ ਨਾਜ਼ਰ ਮਾਨਸ਼ਾਹੀ ਨੂੰ ਪਾਰਟੀ 'ਚ ਭੇਜਤਾ, ਕਾਂਗਰਸ 'ਚ ਆਪਣਾ ਬਰਨਾਲੇ ਵਾਲਾ ਪ੍ਰਧਾਨ ਭੇਜਤਾ, ਇੱਥੋਂ ਹੀ ਸਿੱਧ ਹੁੰਦਾ ਜੇ ਉਦੋਂ ਨਾ ਕਰਦੇ ਇਹ ਕੰਮ ਇਹਨਾਂ ਨੇ ਹੁਣ ਕਰਨਾ ਸੀ। ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਅਕਾਲੀ ਦਲ ਦੇ ਸਾਂਝੇ ਏਜੰਟ ਦੇ ਤੌਰ ਤੇ ਬਹੁਤ ਸਫਲਤਾਪੂਰਵਕ ਕੰਮ ਕਰ ਰਹੇ ਨੇ। ਡੀਸੀ ਵੱਲੋਂ ਜਿਹੜੇ ਸੰਗਰੂਰ ਦੇ ਨੇ, ਉਹਨਾਂ ਵੱਲੋਂ ਨੋਟਿਸ ਇੱਕ ਤੁਹਾਨੂੰ ਦਿੱਤਾ ਗਿਆ ਕਿ ਜਿਹੜੀ ਜਾਣਕਾਰੀ ਗਲਤ ਦਿੱਤੀ ਗਈ ਹੈ, ਇਸ ਤਰ੍ਹਾਂ ਦਾ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਨੇ
ਇਲੈਕਸ਼ਨ 'ਚ ਉਹਦਾ ਅਸੀਂ ਜਵਾਬ ਦਿੰਦੇ ਹਾਂ। ਸਾਡੀ ਕੋਈ ਵਕੀਲਾਂ ਦੀ ਟੀਮ ਹੈ, ਅਸੀਂ ਜਿਹੜਾ ਵੀ ਸਾਨੂੰ ਨੋਟਿਸ ਆਊਗਾ ਅਸੀਂ ਜਵਾਬ ਦੇਵਾਂਗੇ। ਔਰ ਅਸੀਂ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਦੇ, 9:58 'ਤੇ ਅਸੀਂ ਸਪੀਕਰ ਬੰਦ ਕਰ ਦਿੰਦੇ ਹਾਂ। ਹਾਲਾਂਕਿ ਇਹਨਾਂ ਤਾਂ ਖੈਰ 5-6 ਵਜੇ ਹੋ ਜਾਂਦੇ ਨੇ, ਕਿਉਂਕਿ ਉਹ ਤੋਂ ਬਾਅਦ ਇਹਨਾਂ ਦਾ ਮਹਿਫਲਾਂ ਦਾ ਟਾਈਮ ਹੋ ਜਾਂਦਾ ਅਤੇ ਦਿਨੇ ਗਰਮੀ ਹੁੰਦੀ ਹੈ ਤਾਂ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ। ਜੇ 42 ਟੈਂਪਰੇਚਰ ਹੈ ਤਾਂ ਨਿਕਲਦੇ, ਜੇ 25 ਤੋਂ ਥੱਲੇ ਫਿਰ ਕਹਿੰਦੇ ਆਵਾਂਗੇ। ਅਸੀਂ ਆਮ ਲੋਕਾਂ 'ਚੋਂ ਨਿਕਲੇ ਹੋਏ ਹਾਂ, ਬੋਰ ਵਾਲੇ ਟੋਇਆਂ 'ਚੋਂ ਨਿਕਲੇ ਹੋਏ ਹਾਂ। ਇਹ ਮਿਹਨਤ ਦੇ ਵਿੱਚ ਇਮਾਨਦਾਰੀ ਅਤੇ ਸੱਚਾਈ 'ਚ ਸਾਨੂੰ ਹਰਾ ਨਹੀਂ ਸਕਦੇ। ਤੁਸੀਂ ਦੋਸ਼ ਲਾਇਆ ਸੀ ਕਿ 10 ਕਰੋੜ ਦੇ ਵਿੱਚ ਤੁਹਾਡੇ ਵਿਧਾਇਕ ਖਰੀਦੇ ਜਾ ਰਹੇ ਨੇ, ਪਰ ਸੁਨੀਲ ਜਾਖੜ ਕਹਿ ਰਹੇ ਨੇ ਕਿ ਟੋਟਲ ਜਿੰਨੇ ਵਿਧਾਇਕ ਨੇ ਉਹਨਾਂ ਦੀ ਜਿਹੜੀ ਰੇਟ ਲਾਇਆ ਜਾਵੇ ਭਾਲ ਆਵੇ ਉਹ 10 ਕਰੋੜ ਬਣਦਾ ਹੈ, ਨਾ ਕਿ 1-1 ਵਿਧਾਇਕ। ਤਾਂ ਇੱਦਾਂ ਕਰਨ, ਇਹ 13-13 ਸੀਟਾਂ ਕਾਂਗਰਸ ਨਾ ਲੜੇ, ਸਾਨੂੰ ਛੱਡ ਦੇ, ਬਾਅਦ ਸਾਡੇ ਵਾਲੇ ਖਰੀਦ ਲਿਓ ਜੇ ਤੁਹਾਨੂੰ 10 ਕਰੋੜ 'ਚ ਮਿਲਦੇ ਨੇ। ਇਹ ਸੁਨੀਲ ਜਾਖੜ ਜੀ ਨੂੰ ਕਹੋ ਕਿ ਦਿੱਲੀ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਹੈ, ਜਿਹੜੀ ਰਾਹੁਲ ਗਾਂਧੀ ਨੂੰ ਕਹਿੰਦੇ ਪ੍ਰਧਾਨ ਮੰਤਰੀ ਬਣਾਵਾਂਗੇ। ਦੇਸ਼ ਦੀ ਰਾਜਧਾਨੀ ਦਿੱਲੀ ਹੈ, ਦਿੱਲੀ ਦੇ ਵਿੱਚ ਇਹਨਾਂ ਦੇ MLA ਕਿੰਨੇ ਨੇ? 0। ਦਿੱਲੀ 'ਚ ਇਹਨਾਂ ਦੇ MP ਕਿੰਨੇ ਨੇ? 0। ਠੀਕ ਹੈ ਨਾ, ਉਹਨਾਂ ਨੂੰ ਕਹੋ ਜੀ ਪਹਿਲਾਂ ਆਪਣੇ ਘਰ ਠੀਕ ਕਰ ਲਓ। ਦਿੱਲੀ ਦੇ ਵਿੱਚ ਇਸ ਵਾਰ ਵੀ ਨਹੀਂ ਇਹਦਾ ਕੁਛ ਆ ਰਿਹਾ, ਸੋ ਸੁਨੀਲ ਜਾਖੜ ਜੀ ਆਪਦੀ ਸੀਟ ਬਚਾ ਲਓ, ਕਿਉਂਕਿ ਉੱਥੇ ਜਿਹੜਾ ਉਮੀਦਵਾਰ ਹੈ ਉਹ ਸਾਡਾ ਉਮੀਦਵਾਰ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ, ਔਰ ਭਾਜਪਾ ਨੇ ਵੀ ਇੱਕ ਫਿਲਮੀ ਸਟਾਰ ਸਨੀ ਦਿਓਲ ਦਿੱਤਾ, ਤੁਸੀਂ ਆਪਣੀਆਂ ਸੀਟਾਂ ਬਚਾ ਲਓ। ਹੋਰ ਸਨੀ ਦਿਓਲ ਬੇੜੀ ਪਾਰ ਲਾ ਦਿਓ ਭਾਜਪਾ ਦੀ? ਇਹ ਤਾਂ ਜੀ ਦੇਖੋ 23 ਤਰੀਕ ਨੂੰ ਲੋਕ ਦੱਸਣਗੇ, ਇਹ ਤਾਂ ਹਰੇਕ ਨੂੰ ਹੱਕ ਹੈ ਲੜਨ ਦਾ। ਅਤੇ ਪਰ ਸਨੀ ਦਿਓਲ ਜੀ ਮੇਰੇ ਖਿਲਾਫ਼ ਜਦੋਂ ਮੈਂ ਚੋਣਾਂ ਲੜ ਰਿਹਾ ਸੀ 14 'ਚ, ਉਹ ਸੁਖਦੇਵ ਸਿੰਘ ਢੀਂਡਸਾ ਦੇ ਹੱਕ 'ਚ ਰੋਡ ਸ਼ੋਅ ਕਰਕੇ ਗਏ ਸੀ, ਪਰ ਫਿਰ ਵੀ 2,14,000 ਨਾਲ ਢੀਂਡਸਾ ਸਾਹਿਬ ਹਾਰ ਗਏ। ਬਾਕੀ 23 ਤਰੀਕ ਨੂੰ ਸੋ ਇਸ ਸਨ ਭਗਵੰਤ ਮਾਨ ਜੀ ਜਿਹਨਾਂ ਦਾ ਕਹਿਣਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ 13-13 ਸੀਟਾਂ ਜਿਹੜੀ ਆ ਵੱਡੀ ਜਿੱਤ ਜਿਹੜੀ ਆ ਪ੍ਰਾਪਤ ਕਰੇਗੀ, ਅਤੇ ਲੋਕ ਜਿਹੜੇ ਅੱਜ ਵੀ ਉਹਨਾਂ ਨੂੰ ਚਾਹੁੰਦੇ ਨੇ, ਕਿਉਂਕਿ ਜਿਹੜੀ ਅਕਾਲੀ ਦਲ ਹੈ, ਭਾਜਪਾ ਹੈ, ਚਾਹੇ ਉਹ ਕਾਂਗਰਸ ਹੈ, ਇਹਨਾਂ ਨੇ ਹਮੇਸ਼ਾ ਹੀ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ, ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਨਤੀਜੇ ਨੇ ਉਹ 23 ਨੂੰ ਜਾਣੀ ਕਿ ਨਤੀਜਿਆਂ ਵਾਲੇ ਦਿਨ ਜਿਹੜੇ ਉਹ ਸਾਰਿਆਂ ਦੇ ਸਾਹਮਣੇ ਹੋਣਗੇ, ਅਤੇ ਲੋਕ ਦੇਖਣਗੇ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿਸ ਤਰੀਕੇ ਦੀ ਦਿੱਲੀ ਦੇ ਵਿੱਚ ਹੈ, ਉਸ ਤਰੀਕੇ ਪੰਜਾਬ ਦੇ ਵਿੱਚ ਵੀ ਰਹੇਗੀ। ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਰੁਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।